ਅਸੀਂ ਸਾਰੇ ਸੁਰੇਸ਼ ਸ਼ਰਮਾ ਜੀ ਉੱਤੇ ਜਿਹੜਾ ਕਾਤਲਾਨਾ ਹਮਲਾ ਹੋਇਆ ਅੰਮ੍ਰਿਤਸਰ ਦਿਨ ਦਿਹਾੜੇ ਛਿਹਾਟੇ ਦੇ ਬਾਜ਼ਾਰ ਵਿੱਚ ਜੋ ਉਹਨਾਂ ਦੇ ਗੋਲੀਆਂ ਮਾਰੀਆਂ ਗਈਆਂ ਉਹਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ। ਇੱਥੋਂ ਇਹ ਅਹਿਸਾਸ ਹੁੰਦਾ ਔਰ ਮਹਿਸੂਸ ਹੁੰਦਾ ਕਿ ਪੰਜਾਬ ਦੇ ਵਿੱਚ ਕੋਈ ਵੀ ਸਿਕਿਓਰ ਅਤੇ ਸੇਫ ਨਹੀਂ ਗਾ। ਅਗਰ ਐਡੇ ਭਰੇ ਬਾਜ਼ਾਰ ਦੇ ਵਿੱਚ ਕਿਸੇ ਵਿਅਕਤੀ ਦੇ ਉੱਤੇ ਇਸ ਤਰ੍ਹਾਂ ਗੋਲੀਆਂ ਮਾਰੀਆਂ ਜਾ ਸਕਦੀਆਂ ਤਾਂ ਆਮ ਜਨਤਾ ਜਿਹੜੀ ਪਿੰਡਾਂ 'ਚ ਬੈਠੀ ਗਰੀਬ ਵਿਅਕਤੀ ਬੈਠੇ ਨੇ ਉਹਨਾਂ ਦਾ ਹਸ਼ਰ ਕੀ ਹੋ ਸਕਦਾ ਤੁਸੀਂ ਜਾਣ ਸਕਦੇ ਆ। ਸੁਰੇਸ਼ ਸ਼ਰਮਾ ਜੀ ਆਮ ਆਦਮੀ ਪਾਰਟੀ ਦੇ ਪੋਲੀਟੀਕਲ ਅਫੇਅਰਸ ਕਮੇਟੀ ਦੇ ਮੈਂਬਰ ਨੇ ਔਰ ਮੈਂ ਇਮੀਡੀਏਟਲੀ ਪੁਲਿਸ ਨਾਲ ਗੱਲ ਕਰਕੇ ਤੁਰੰਤ ਮੰਗ ਕੀਤੀ ਕਿ ਜਿਹੜੇ ਗੁਨਾਹਗਾਰ ਨੇ ਉਹਨਾਂ ਨੂੰ ਫੜੋ ਔਰ ਬਣਦੀ ਪੁਲਿਸ ਦੀ ਕਾਰਵਾਈ ਪੂਰੇ ਜ਼ੋਰ ਦੇ ਨਾਲ ਕੀਤੀ ਜਾਵੇ ਔਰ ਮੈਂ ਜਲਦ ਤੋਂ ਜਲਦ ਸੁਰੇਸ਼ ਸ਼ਰਮਾ ਜੀ ਦੇ ਪਰਿਵਾਰ ਦੇ ਕੋਲ ਅਸੀਂ ਹਸਪਤਾਲ ਪਹੁੰਚਾਂਗੇ ਔਰ ਉਹਨਾਂ ਦੇ ਬੇਟੇ ਦੇ ਨਾਲ ਮੇਰਾ ਲਗਾਤਾਰ ਰਾਬਤਾ ਵਾ। ਇਸ ਲਈ ਸਾਡੀ ਮੰਗ ਆ ਕਿ ਪੰਜਾਬ ਦੇ ਵਿੱਚ ਕਿਰਪਾ ਕਰਕੇ ਕੈਪਟਨ ਸਾਹਿਬ ਜਿਹੜਾ ਲਾਅ ਐਂਡ ਆਰਡਰ ਜਿਹੜਾ ਇਸ ਵਕਤ ਬਿਲਕੁਲ ਕੋਲੈਪਸ ਹੋ ਚੁੱਕਾ ਔਰ ਤੁਹਾਨੂੰ ਸ਼ਾਇਦ ਸਮੇਂ ਦੀ ਘਾਟ ਆ ਜਾਂ ਤੁਹਾਡੇ ਕੋਲ ਇੱਛਾ ਸ਼ਕਤੀ ਦੀ ਘਾਟ ਆ, ਚਾਰੋਂ ਪਾਸੇ ਹਾਹਾਕਾਰ ਅਤੇ ਕਤਲੋ ਗਾਰਤ ਮੱਚੀ ਪਈ ਆ। ਚੰਦ ਦਿਨ ਪਹਿਲਾਂ ਜੋ ਹਾਦਸਾ ਹੋਇਆ ਅੰਮ੍ਰਿਤਸਰ ਦੇ ਅਦਲੀਵਾਲ ਪਿੰਡ ਵਿੱਚ ਔਰ ਉਸ ਤੋਂ ਪਹਿਲਾਂ ਇੱਕ ਦਿਨ IAS ਅਫਸਰ ਦੇ ਰਾਜਪੁਰਾ ਦੇ ਨੇੜੇ ਉਹਦੇ ਪਿਤਾ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਰੋਜ਼ਮਰਰਾ ਦੀਆਂ ਇਹ ਵਾਰਦਾਤਾਂ ਜਿਹੜੀਆਂ ਇਹ ਸ਼ੋਅ ਕਰਦੀਆਂ ਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੋ ਚੁੱਕੀ ਆ ਐਂਡ ਪੰਜਾਬ ਇਜ਼ ਏ ਰੈਕਲੈਸ ਐਂਡ ਏ ਲੋਲੈਸ ਸਟੇਟ। ਇਸ ਲਈ ਅਮਰਿੰਦਰ ਸਿੰਘ ਜੀ ਨੂੰ ਦੁਬਾਰਾ ਅਸੀਂ ਕਹਿ ਰਹੇ ਹਾਂ ਕਿ ਕਿਰਪਾ ਕਰਕੇ ਲਾਅ ਐਂਡ ਆਰਡਰ 'ਤੇ ਖਾਸ ਤੌਰ 'ਤੇ ਧਿਆਨ ਕਰਕੇ ਅਤੇ ਲੋਕਾਂ ਨੂੰ ਸੇਫ ਅਤੇ ਸਿਕਿਓਰ ਬਣਾਇਆ ਜਾਵੇ।